ਯੂਟਿਊਬਰ ਐਲਵਿਸ਼ ਯਾਦਵ ਹੁਣ ਜੇਲ੍ਹ ਦੀ ਸਲਾਖਾ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਲੇਕਿਨ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਈ ਖੁਲਾਸੇ ਹੋਏ ਸੀ 5 ਸਪੇਰੇ ਨਵੰਬਰ ਦੇ ਵਿੱਚ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਜੈਪੁਰ ਜਿਹੜੀ ਸ ਸੀਐਫਐਐਲ ਦੀ ਟੀਮ ਨੇ ਸੈਂਪਲ ਜਿਹੜੇ ਭੇਜੇ ਸੀਗੇ ਉਹਦੇ ਵਿੱਚ ਵੀ ਕਈ ਚੀਜ਼ਾਂ ਦੀ ਪੁਸ਼ਟੀ ਹੋਈ ਸੀ ਕਿ ਜਿਹੜਾ ਇਹ ਜ਼ਹਿਰ ਹੈ ਇਹ ਸੱਪ ਦਾ ਹੈ ਔਰ ਕਿੱਥੇ ਰੇਵ ਪਾਰਟੀ ਹੁੰਦੀ ਸੀ ਰੇਵ ਪਾਰਟੀ ਚੀਜ਼ ਦਾ ਯੂਜ਼ ਕੀ ਹੁੰਦਾ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਸੀ ਔਰ ਕਈ ਚੀਜ਼ਾਂ ਦੇ ਇਨਪੁਟ ਜਿਹੜਾ ਹੈ ਉਹ ਪੁਲਿਸ ਕੋਲ ਸੀਗੇ ਹਾਲਾਂਕਿ ਬੀਤੇ ਦਿਨਾਂ ਖਰੜ ਦੇ ਵਿੱਚ ਵੀ ਇੱਕ ਸਪੇਰਾ ਕਾਬੂ ਕੀਤਾ ਗਿਆ ਸੀਗਾ ਐਨੀਮਲ ਜਿਹੜੇ ਫੋਰੈਸਟ ਵਾਲੇ ਨੇ ਉਹਨਾਂ ਵੱਲੋਂ ਇੱਕ ਰੇਡ ਕੀਤੀ ਗਈ ਸੀ ਪੁਲਿਸ ਦੇ ਵਿੱਚ ਇਨਵੋਲਵ ਹੋਈ ਸੀ ਔਰ ਉਸ ਤੋਂ ਬਾਅਦ ਉਹ ਉਹਨੂੰ ਵੀ ਕਾਬੂ ਕੀਤਾ ਗਿਆ ਸੀ ਉਹਦੇ ਕੋਲੋਂ ਵੀ ਸਭ ਫੜੇ ਗਏ ਸੀ ਉਹਨੇ ਵੀ ਐਲਵਿਸ਼ ਯਾਦਵ ਤੇ ਉਹਨਾਂ ਦੇ ਸਾਥੀਆਂ ਦਾ ਨਾਮ ਲਿਆ ਸੀ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਹੈਗਾ ਉਹਦੇ ਕੈਨ ਤੇ ਕੰਮ ਕੀਤਾ ਜਾਂਦਾ ਹੈ ਇਹ ਪੂਰਾ ਨੈਕਸਸ ਕੌਣ ਹੈ ਇਹ ਜਿਹੜੇ ਪੰਜ ਸਫੇਰੇ ਫੜੇ ਗਏ ਸੀ ਉਹਨਾਂ ਨੇ ਵੀ ਪੁੱਛਕਿਛ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਕੀਤਾ ਸੀਗਾ ਕਿ ਕਿਸ ਤਰ੍ਹਾਂ ਇਹ ਇਹਨਾਂ ਦੀ ਡਿਮਾਂਡ ਹੁੰਦੀ ਹੈ ਕਿਸ ਤਰ੍ਹਾਂ ਇਹਨਾਂ ਦੀ ਤਸਕਰੀ ਹੁੰਦੀ ਹੈ ਕਿਸ ਤਰ੍ਹਾਂ ਇਹ ਅੱਗੇ ਜਿਹੜਾ ਜਾਂਦਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ एल्विश यादव तो पूछताछ की गई है कई घंटे दी पूछताछ तो बाद एल्विश यादव नु गिरफ्तार कर लिया गया एक और चीज पेश किया गया ते ज्यूडिशियल कस्टडी पेज ਦਿੱਤਾ ਗਿਆ ਹੋਰ ਵੀ کئی ਲੋਕ ਇਹਦੇ ਵੀ ਸ਼ਾਮਿਲ ਨੇ ਕੌਣ ਕੌਣ ਨੇ ਇਸ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹ ਪਹਿਲਾ ਨਹੀਂ ਹੈ ਹੋਰ ਵੀ کئی ਲੋਕ ਇਹਦੇ ਵੀ ਸ਼ਾਮਿਲ ਨੇ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਕੇ ਅੱਗੇ ਵੀ ਗ੍ਰਿਫਤਾਰੀਆਂ ਉਹ ਕਰਦੀ ਨਜ਼ਰ ਆਏਗੀ ਚੰਡੀਗੜ੍ਹ ਤੋਂ ਕੈਮਰਾਮੈਨ ਸੰਪ्रेसिंग ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਯੂਟਿਊਬਰ ਐਲਵਿਸ਼ ਯਦਵ ਹੁਣ ਜੇਲ੍ਹ ਦੀ ਸਲਾਖਾ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਲੇਕਿਨ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਈ ਖੁਲਾਸੇ ਹੋਏ ਸੀ 5 ਸਪੇਰੇ ਨਵੰਬਰ ਦੇ ਵਿੱਚ ਫੜੇ ਗਈ ਸੀ ਉਹਨਾਂ ਦੀ ਪੁੱਛਗਿੱਛ ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਸੀਗਾ ਜੈਪੁਰ ਜਿਹੜੀ ਸ ਸੀਐਫਐਸਐਲ ਦੀ ਟੀਮ ਨੇ ਸੈਂਪਲ ਜਿਹੜੇ ਭੇਜੇ ਸੀਗੇ ਉਹਦੇ ਵਿੱਚ ਵੀ ਕਈ ਚੀਜ਼ਾਂ ਦੀ ਪੁਸ਼ਟੀ ਹੋਈ ਸੀ ਕਿ ਜਿਹੜਾ ਇਹ ਜ਼ਹਿਰ ਹੈ ਇਹ ਸੱਪ ਦਾ ਹੈ ਔਰ ਕਿੱਥੇ ਰੇਵ ਪਾਰਟੀ ਹੁੰਦੀ ਸੀ ਰੇਵ ਪਾਰਟੀ ਚੀਜ਼ ਦਾ ਯੂਜ਼ ਕੀ ਹੁੰਦਾ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਸੀ ਔਰ ਕਈ ਚੀਜ਼ਾਂ ਦੇ ਇਨਪੁਟ ਜਿਹੜਾ ਹੈ ਉਹ ਪੁਲਿਸ ਕੋਲ ਸੀਗੇ ਹਾਲਾਂਕਿ ਬਿੱਤੇ ਦਿਨ ਖਰੜ ਦੇ ਵਿੱਚ ਵੀ ਇੱਕ ਸਪੇਰਾ ਕਾਬੂ ਕੀਤਾ ਗਿਆ ਸੀਗਾ ਐਨੀਮਲ ਜਿਹੜੇ ਫੋਰੈਸਟ ਵਾਲੇ ਨੇ ਉਹਨਾਂ ਵੱਲੋਂ ਇੱਕ ਰੇਡ ਕੀਤੀ ਗਈ ਸੀ ਪੁਲਿਸ ਦੇ ਵਿੱਚ ਇਨਵੋਲਵ ਹੋਈ ਸੀ ਔਰ ਉਸ ਤੋਂ ਬਾਅਦ ਉਹਦੇ ਉਹਨੂੰ ਵੀ ਕਾਬੂ ਕੀਤਾ ਗਿਆ ਸੀ ਉਹਦੇ ਕੋਲੋਂ ਵੀ ਸਭ ਫੜੇ ਗਏ ਸੀ ਉਹਨੇ ਵੀ ਐਲਵਿਸ਼ ਯਾਦਵ ਤੇ ਉਹਨਾਂ ਦੇ ਸਾਥੀਆਂ ਦਾ ਨਾਲ ਲਿਆ ਸੀ ਕਿ ਕਿਸ ਤਰ੍ਹਾਂ ਇਹ ਪੂਰਾ ਜਿਹੜਾ ਹੈਗਾ ਉਹਦੇ ਕੈਨ ਤੇ ਕੰਮ ਕੀਤਾ ਜਾਂਦਾ ਇਹ ਪੂਰਾ ਨੈਕਸਸ ਕੌਣ ਹੈ ਇਹ ਜਿਹੜੇ ਪੰਜ ਸਫੇਰੇ ਫੜੇ ਗਏ ਸੀ ਉਹਨਾਂ ਨੇ ਵੀ ਪੁਛਕੀ ਚ ਕਈ ਚੀਜ਼ਾਂ ਦਾ ਖੁਲਾਸਾ ਕੀਤਾ ਸੀਗਾ ਕਿ ਕਿਸ ਤਰ੍ਹਾਂ ਇਹ ਇਹਨਾਂ ਦੀ ਡਿਮਾਂਡ ਹੁੰਦੀ ਹੈ ਕਿਸ ਤਰ੍ਹਾਂ ਇਹਨਾਂ ਦੀ ਤਸਕਰੀ ਹੁੰਦੀ ਹੈ ਕਿਸ ਤਰ੍ਹਾਂ ਇਹ ਅੱਗੇ ਜਿਹੜਾ ਜਾਂਦਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰ एल्विश यादव तो पूछताछ की गई है कई घंटे दी पूछताछ तो बाद एल्विश यादव नु गिरफ्तार कर लिया गया एक और चीज पेश किया गया ते ज्यूडिशियल कस्टडी पेज ਦਿੱਤਾ ਗਿਆ ਹੋਰ ਵੀ کئی ਲੋਕ ਇਹਦੇ ਵੀ ਸ਼ਾਮਿਲ ਨੇ ਕੌਣ ਕੌਣ ਨੇ ਇਸ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹ ਪਹਿਲਾ ਨਹੀਂ ਹੈ ਹੋਰ ਵੀ کئی ਲੋਕ ਇਹਦੇ ਵੀ ਸ਼ਾਮਿਲ ਨੇ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਕੇ ਅੱਗੇ ਵੀ ਗ੍ਰਿਫਤਾਰੀਆਂ ਉਹ ਕਰਦੀ ਨਜ਼ਰ ਆਏਗੀ ਚੰਡੀਗੜ੍ਹ ਤੋਂ ਕੈਮਰਾਮੈਨ ਸੰਪ्रेसिंग ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ